ਕਿ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਜੇ ਵਧੀਆ ਨਹੀਂ ਤਾਂ ਰੁਕੀਆਂ ਵੀ ਨਹੀਂ। ਔਰ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਨੇ, ਮਰਡਰ ਹੋ ਰਹੇ ਨੇ। ਕੱਲ ਤਾਂ ਜ਼ਮੀਨੀ ਮਰਡਰ 'ਚ 4 ਬੰਦੇ ਜਿਹੜੇ ਨੇ ਉਹ ਮਾਰੇ ਗਏ, ਤੇ ਕਬੱਡੀ ਟੂਰਨਾਮੈਂਟ ਜਿੱਥੇ ਵੀ ਹੁੰਦਾ ਹੁਣ ਤਾਂ ਐਂ ਡਰ ਲੱਗਦਾ ਵੀ ਗੋਲੀ ਉੱਥੇ ਚੱਲੀ ਦੀ ਚੱਲੀ, ਔਰ ਗੈਂਗਸਟਰ ਮਾਰ ਰਹੇ ਨੇ, ਡਰਾ ਰਹੇ ਨੇ, ਬੜਾ ਕੁਛ ਚੱਲ ਰਿਹਾ ਹੈ। ਯਾਨੀ ਲਾਅ ਐਂਡ ਆਰਡਰ, ਕਾਨੂੰਨ ਤੇ ਅਮਨ ਦੀ ਜਿਹੜੀ ਵਿਵਸਥਾ ਹੁੰਦੀ ਹੈ ਇਹ ਆਪਣੇ ਆਪ 'ਚ ਬੜੀ ਅਹਿਮ ਹੁੰਦੀ ਹੈ, ਪਹਿਲਾ ਫਰਜ਼ ਹੁੰਦਾ ਹੈ ਕਿਸੇ ਵੀ ਸਟੇਟ ਤੇ ਜਿਹੜੀ ਸਰਕਾਰ ਹੁੰਦੀ ਹੈ। ਤੇ ਕੱਲ ਉਹਨਾਂ ਨੇ SSPs ਬੁਲਾ ਲਏ ਔਰ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬੜੇ ਲੈਸਨ ਪੜ੍ਹਾਏ ਜਿਹੜੇ IPS ਅਫਸਰਾਂ ਨੂੰ ਮਾਨ ਸਾਹਿਬ ਨੇ। ਔਰ ਇੱਕ ਜਿਹੜਾ ਵੱਡਾ ਫੈਸਲਾ ਉੱਥੇ ਹੋਇਆ ਉਹ ਇਹ ਹੋਇਆ ਕਿ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਜਾਊਗੀ। AGTF ਦੀ ਜਿਹੜੀ ਅਗਵਾਈ ਵੀ ADGP ਰੈਂਕ ਦਾ ਬੰਦਾ ਕਰੂਗਾ, ਇਹ ਕਿਹਾ ਗਿਆ। ਹੁਣ ਇਹ ਕੀ ਹੈ, ਇਹਦੇ ਦਾ ਕੀ ਕਿੰਨਾ ਫਰਕ ਪਏਗਾ ਇਹ ਤਾਂ ਨਹੀਂ ਪਤਾ, ਕਿਉਂਕਿ ਪਹਿਲਾਂ ਵੀ ਇਹੋ ਜਿਹਾ ਕੁਛ ਕੀਤਾ। ਕੈਪਟਨ ਸਾਹਿਬ ਵੇਲੇ ਵੀ ਓਕੋ ਬਣੀ ਸੀ, ਓਕੋ ਕੀ ਸੀ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਕੀ ਰੁਕ ਗਿਆ ਉਦੋਂ। ਤੇ ਦੂਜੇ ਪਾਸੇ ਹਰਪ੍ਰੀਤ ਸਿੰਘ ਸਿੱਧੂ ਦੀ ਇੱਕ ਸਪੈਸ਼ਲ ਜਿਹੜੀ ਹੈ ਸਿੱਟ ਬਣਾਈ ਗਈ ਸੀ ਕਿ ਉਹਨੇ ਨਸ਼ੇ ਰੋਕਤੇ ਜਾਂ ਲੱਕ ਤੋੜਤਾ। ਗੱਲ ਤਾਂ ਇਹ ਹੈ ਉਹਨੂੰ ਨੌ ਜੋ ਮਰਜ਼ੀ ਦੇ ਲਓ, ਹੁਣ ਤੱਕ ਦੇਖੋ ਨਾ, ਜਾਂ ਤਾਂ ਜਿਹੜਾ ਨਹੀਂ ਹੋਇਆ ਉਦੋਂ ਉੱਕੂ ਬਣ ਗਈ ਕਿ ਉਦੋਂ ਰੁਕ ਗਿਆ, ਹੁਣ ਤੁਸੀਂ AGTF ਬਣਾ ਲਓ, ਇਹਨੂੰ ਰੋਕੋ। ਪਰ ਰੁਕਣਾ ਜ਼ਰੂਰੀ ਬਹੁਤ ਹੈ। ਇੱਕ ਗੱਲ ਵਿੱਚੋਂ ਵਧੀਆ ਨਿਕਲੀ ਹੈ ਜਿਹੜੀ ਵਾਰ ਵਾਰ ਸਾਹਮਣੇ ਆ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਜੇ ਤੁਸੀਂ ਸੁਧਾਰ ਲਿਆਓਗੇ ਨਾ, ਜੇਲ੍ਹਾਂ 'ਚੋਂ ਵੀ ਬਹੁਤ ਕੁਛ ਚੱਲਦਾ। ਆ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਬੈਠੇ ਨੇ ਉੱਥੋਂ ਬੈਠ ਕੇ ਹੀ ਇਹ ਲੋਕਾਂ ਤੋਂ ਫਰੋਤੀਆਂ ਮੰਗਦੇ ਨੇ, ਉਹ ਦੇਖਣ ਵਾਲੀ ਗੱਲ ਹੈ। ਖੈਰ, ਕੱਲ੍ਹ ਉਹਨਾਂ ਨੇ ਜਿਹੜਾ ਹੈ ਪੁਲਿਸ ਅਫਸਰਾਂ ਨੂੰ ਕਿਹਾ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦੀ ਗੱਲ ਕਰੀ, ਨਾਲ ਇਹ ਵੀ ਕਿਹਾ ਲੋਕਾਂ ਦਾ ਭਰੋਸਾ ਜਿੱਤੋ। ਜੀ, ਲੋਕਾਂ ਦਾ ਭਰੋਸਾ ਤਾਂ ਮਾਨ ਸਾਹਿਬ ਤਾਂ ਹੀ ਜਿੱਤੋ, ਲੋਕ ਜੇ ਮਤਲਬ ਸਮਝਦੇ ਨੇ ਵੀ ਸਹੀ ਟਾਈਮ ਤੇ ਪੁਲਿਸ ਸਹੀ ਐਕਸ਼ਨ ਕਰਦੀ ਹੈ, ਤੇ ਜਿਹੜੇ ਅਮਨ ਕਾਨੂੰਨ ਦਾ ਡਰ ਕੋਈ ਨਹੀਂ। ਇੱਥੇ ਤਾਂ ਤੁਰੇ ਜਾਂਦੇ ਤੇ ਮੋਬਾਈਲ ਖੋਲ ਲੈਂਦੇ ਨੇ, ਇੱਥੇ ਤਾਂ ਕੰਨਾਂ ਦੀਆਂ ਬਾਲੀਆਂ ਲਾ ਕੇ ਉਹ ਜਾਂਦੇ ਨੇ, ਆਉਂਦੇ ਨੇ ਰਾਹ ਪੁੱਛਣ ਤੇ ਜਾਂਦੇ, ਵਾਰਦਾਤ ਕਰਕੇ ਲੋਕ ਚਲੇ ਜਾਂਦੇ ਨੇ। ਸੋ ਬਹੁਤ ਕੁਛ ਚੱਲ ਰਿਹਾ।